सर पराली नूं लैके किस तरह के जिहड़े दिशा निर्देश ने जारी किए ने गए जिहड़ा जिला संगरूर है उहदे विच असीं तकरीबन साढ़े को 328 नोडल अफसर इन्हां नूं पिंड वार असीं लगाया और इस तों बिना 40 लगभग कलस्टर ऑफिसर्स ने इस तरीके नाल जिला पुलिस वालों भी अपने पिंड वाइज नोडल अफसर और कलस्टर वाइज कलस्टर अफसर लगाए ने DSP और SDM ਸਬੰਧ ਦੀਆਂ ਟੀਮਾਂ ਜੁਆਇੰਟਲੀ ਬਣੀਆਂ ਹੋਈਆਂ ਨੇ ਡੇਲੀ ਇਸ ਵੇਲੇ ਫੀਲਡ 'ਚ ਜਾਂਦੇ ਨੇ ਸਵੇਰੇ ਮਾਰਨਿੰਗ 'ਚ ਦੋਵੇਂ ਨਿਕਲਦੇ ਨੇ ਸ਼ਾਮ ਤੱਕ ਲੋਕਾਂ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਮੋਟੀਵੇਟ ਕਰਦੇ ਨੇ ਕਿ ਕਿਸੇ ਨੇ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਾਉਣੀ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੋਵਾਂ ਵੱਲੋਂ ਬੜੀਆਂ ਸਖਤ ਆਰਡਰਸ ਜਿਹੜੇ ਨੇ ਉਹ ਸਰਕਾਰਾਂ ਨੂੰ ਜਾਰੀ ਕੀਤੇ ਗਏ ਨੇ ਕਿ ਇਸ ਵਾਰ ਬਿਲਕੁਲ ਜ਼ੀਰੋ ਟੋਲਰੈਂਸ ਵਾਲੀ ਜਿਹੜੀ ਆ ਉਹ ਨੀਤੀ ਅਪਣਾਈ ਜਾਵੇ ਸੋ ਅਸੀਂ ਜਿਹੜੇ ਕਾਨੂੰਨ ਦੇ ਅਨੁਸਾਰ ਜਿਹੜੇ ਬਣਦੀ ਕਾਰਵਾਈ ਹੈ ਚਾਹੇ ਉਹ ਰੈੱਡ ਐਂਟਰੀ ਹੈ ਜਮ੍ਹਾਂਬੰਦੀ ਦੇ ਵਿੱਚ ਜਾਂ ਇਨਵਾਇਰਮੈਂਟਲ ਕੰਪਨਸੇਸ਼ਨ ਇੰਪੋਜ਼ ਕਰਨੀ ਹੈ FIR 188 ਜਾਂ 163 BNS ਦੇ ਵਿੱਚ ਲਗਾਉਣੀ ਔਰ ਹੁਣ ਕਿਉਂਕਿ ਸੁਪਰੀਮ ਕੋਰਟ ਵੱਲੋਂ ਇਹ ਹਦਾਇਤ ਹੋਈ ਹੈ ਕਿ ਜਿਹੜੀਆਂ ਸਾਡੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਐਕਟ ਔਰ ਸਾਡਾ ਏਅਰ ਪੋਲਿਊਸ਼ਨ ਕੰਟਰੋਲ ਐਕਟ ਹੈ ਉਹਦੀਆਂ ਬਣਦੀਆਂ ਪ੍ਰੋਵੀਜ਼ਨ ਅਨੁਸਾਰ ਵੀ ਜਿਹੜੀ ਆ ਉਹ ਵਾਇਲੇਟਰਸ 'ਤੇ ਕਾਰਵਾਈ ਕੀਤੀ ਜਾਵੇ ਤਾਂ ਉਹ ਵੀ ਅਸੀਂ ਕ੍ਰਿਮੀਨਲ ਕੋਰਟਸ ਦੇ ਵਿੱਚ ਕੰਪਲੇਂਟ ਵੀ ਜਿਹੜੀਆਂ PPCB ਵੱਲੋਂ ਫਾਈਲ ਹੋਣੀਆਂ ਸ਼ੁਰੂ ਹੋ ਗਈਆਂ ਨੇ ਸੋ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰ ਜਿਹੜੇ ਸਾਡੇ ਸੰਗਰੂਰ ਦੇ ਕਿਸਾਨ ਵੀਰ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਮੋਹਰੀ ਨੇ ਝਾੜ ਦੇ ਨਾਲ ਸਾਡੀ ਝੰਡੀ ਹੈ ਪੂਰੇ ਇੰਡੀਆ ਦੇ ਵਿੱਚ ਕਿ ਸਭ ਤੋਂ ਵਧੀਆ ਜਿਹੜਾ ਝਾੜ ਜਿਹੜਾ ਹੈ ਉਹ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਦਿੰਦੇ ਨੇ ਸੋ ਅਜਿਹੀ ਬਾਦਸ਼ਾਹਤ ਜਿਹੜੀ ਅਸੀਂ ਇੱਕ ਪਾਸੇ ਬਾਦਸ਼ਾਹਤ ਕਰਦੇ ਹਾਂ ਦੂਜੇ ਪਾਸੇ ਅਸੀਂ ਏਡੀ ਵੱਡੀ ਬਦਨਾਮੀ ਵਾਲਾ ਵੀ ਜਿਹੜਾ ਆਪਣੇ ਸਿਰ 'ਤੇ ਲੈਂਦੇ ਹਾਂ ਕਿ ਅਸੀਂ ਸਭ ਤੋਂ ਵੱਧ ਪਰਾਲੀ ਨੂੰ ਅੱਗ ਵੀ ਲਾ ਰਹੇ ਹਾਂ ਜਿਸ ਨਾਲ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਮਨੁੱਖੀ ਸਿਹਤ ਔਰ ਜਿਹੜੀ ਤੁਹਾਡੀ ਧਰਤੀ ਦੀ ਸਿਹਤ ਉਹਦਾ ਵੀ ਨੁਕਸਾਨ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਇਹ ਅੱਗ ਲਗਾ ਕੇ ਅਤੇ ਕੋਈ ਬਚਤ ਕਰ ਲਈ ਪਰ ਬਚਤ ਨਹੀਂ ਕੀਤੀ ਅਸੀਂ ਉਸ ਤੋਂ ਵੱਧ ਜਿਹਨੂੰ ਕਹਿੰਦੇ ਪੰਗਾ ਸਹੇੜਿਆ ਆਪਣਾ ਇੱਕ ਤਾਂ ਅਸੀਂ ਧਰਤੀ ਦੀ ਸਿਹਤ ਖਰਾਬ ਕੀਤੀ ਅਗਲੀ ਵਾਰੀ ਉਹ 'ਚ DAP ਯੂਰੀਆ ਦੀ ਮਾਤਰਾ ਵੱਧ ਪਾਉਣੀ ਪਏਗੀ ਦੂਸਰਾ ਸਾਡੇ ਜਿਹੜੇ ਮਨੁੱਖੀ ਸਿਹਤ ਹੈ ਸਾਡੇ ਬੱਚੇ ਘਰਾਂ ਦੇ ਵਿੱਚ ਇਹ ਧੂੰਆਂ ਜਿਹੜਾ ਕਿਸੇ ਹੋਰ ਦੇ ਘਰ 'ਤੇ ਜਾਣਾ ਨਹੀਂ ਹੈ ਇਹ ਅਸੀਂ ਅੱਗ ਲਾਵਾਂਗੇ ਆਪਣੇ ਪਿੰਡ 'ਚ ਹੀ ਆਉਣਾ ਤਾਂ ਇਹ ਧੂੰਆਂ ਜਿਹੜਾ ਹੈ ਇਹ ਸਾਡੇ ਬਜ਼ੁਰਗਾਂ ਦੀ ਸਿਹਤ ਨੂੰ ਸਾਡੇ ਬੱਚਿਆਂ ਦੀ ਸਿਹਤ ਨੂੰ ਖਰਾਬ ਕਰਦਾ ਤਰ੍ਹਾਂ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਜਿਹੜੀਆਂ ਉਹ ਲੈ ਕੇ ਆਉਂਦਾ ਹੈ ਸੋ ਉਹਦੇ ਨਾਲ ਕੀ ਹੈ ਕਿ ਸਾਡੇ ਜਿੱਥੇ ਅਸੀਂ ਬਚਤ ਕਰ ਰਹੇ ਸੀ ਉੱਥੇ ਸਾਡੇ ਬੱਚਿਆਂ ਦੇ ਅਤੇ ਸਾਡੇ ਬਜ਼ੁਰਗਾਂ ਦੇ ਅਤੇ ਪੈਸੇ ਹੋਰ ਲੱਗ ਜਾਣੇ ਆ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਪੈਸੇ ਜਿਹੜੇ ਦੇਣੇ ਪੈਣੇ ਆ ਸੋ ਅਲਟੀਮੇਟਲੀ ਬਚਤ ਦੀ ਬਜਾਏ ਇਹ ਵੱਧ ਲਾਗਤ ਹੋ ਜਾਣੀ ਹੈ ਔਰ ਇਸ ਤੋਂ ਇਸ ਸਾਰੀ ਚੀਜ਼ ਨੂੰ ਡਿਸਕਰੇਜ ਕਰਨ ਦੇ ਲਈ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਸਪੋਰਟ ਕਰਦੇ ਹਾਂ ਅਸੀਂ ਕਿਸਾਨਾਂ ਦੇ ਕੋਲ ਮੈਂ ਅਤੇ SSP ਸਾਹਿਬ ਅਸੀਂ ਲਗਾਤਾਰ 10-15 ਦਿਨ ਤੋਂ ਅਸੀਂ ਖੁਦ ਜਾ ਰਹੇ ਸੀ ਫੀਲਡ ਦੇ ਵਿੱਚ ਸਾਡੇ SDM ਔਰ DSP ਸਬਾਨ ਵੀ ਜਾ ਰਹੇ ਨੇ ਅਸੀਂ ਲੋਕਾਂ ਨੂੰ ਇਹੋ ਐਜੂਕੇਟ ਕੀਤਾ ਪਹਿਲਾਂ ਕਿ ਤੁਸੀਂ ਆਪਦੀ ਪ੍ਰੋਬਲਮ ਦੱਸੋ ਤੁਹਾਨੂੰ ਮਸ਼ੀਨਰੀ ਜਿਹੜੀ ਹੈ ਇਹ ਫਲਾਣੇ ਫਲਾਣੇ ਪਿੰਡ ਦੇ ਵਿੱਚ ਇਹ ਮਸ਼ੀਨਰੀ ਹੈਗੀ ਹੈ ਨੰਬਰ ਟੈਲੀਫੋਨ ਨੰਬਰ ਦੇ ਉੱਤੇ ਪਿੰਡਾਂ ਦੀ ਸੁਸਾਇਟੀਆਂ ਵਿੱਚ ਮਸ਼ੀਨਰੀ ਕਿਹੜੀ ਆ ਉਹਦੀ ਲਿਸਟ ਲਗਾਤੀ ਪਿੰਡ ਦੇ ਕਿਸਾਨ ਜਿਹੜੇ ਉਹਨਾਂ ਕੋਲ ਕੀ ਆ ਆਸੇ ਪਾਸੇ ਦੇ ਕਿਸਾਨਾਂ ਦੇ ਕੋਲੋਂ ਕਿਹੜੀ ਕਿਹੜੀ ਚੀਜ਼ ਹੈਗੀ ਹੈ ਅਸੀਂ ਅੱਜ ਵੈਬਸਾਈਟ 'ਤੇ ਵੀ ਪਾ ਦੇਵਾਂਗੇ ਆਪਣੀ ਲਿਸਟ ਜਿਹੜੀ ਪੂਰੇ ਜ਼ਿਲ੍ਹੇ ਦੀ ਸੰਗਰੂਰ ਦੀ ਸੋ ਉਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਅਸੀਂ ਜਿਹੜੀ ਦਿੱਤੀ ਹੈ ਸਬਸਿਡੀ ਉੱਤੇ ਮਸ਼ੀਨਰੀ ਦਿੱਤੀ ਉਹਨੂੰ ਵਰਤੋ ਕੋਆਪਰੇਟਿਵ ਸੁਸਾਇਟੀਆਂ ਵਿੱਚ ਜਿਹੜੀ ਮਸ਼ੀਨਰੀ ਦਿੱਤੀ ਉਹਨੂੰ ਵਰਤੋ ਵੱਡੇ ਕਿਸਾਨਾਂ ਨੂੰ ਅਸੀਂ ਇਹ ਅਪੀਲ ਕੀਤੀ ਹੈ ਕਿ ਛੋਟੇ ਕਿਸਾਨਾਂ ਦੀ ਬਾਂਹ ਫੜਨ ਮੇਰੇ ਕੋਲ ਜੇ ਵੱਡਾ ਟਰੈਕਟਰ ਹੈ ਅਤੇ ਮੇਰਾ ਗੁਆਂਢੀ ਖੇਤ ਵਾਲਾ ਛੋਟਾ ਕਿਸਾਨ ਹੈ ਇੱਕ ਅਖਲਾਕੀ ਤੌਰ 'ਤੇ ਫਰਜ਼ ਬਣ ਜਾਂਦਾ ਕਿ ਯਾਰ ਮੈਂ ਉਹਦੀ ਮਦਦ ਕਰ ਦੇਵਾਂ ਅਸੀਂ ਸਾਡਾ ਸਮਾਜ ਹੈ ਤਾਣਾ ਬਾਣਾ ਅਸੀਂ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਦੇ ਹਾਂ ਤੋ ਅਸੀਂ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਤੁਹਾਡਾ ਆਪਣੀ ਖੇਤੀ ਦੇ ਵਿੱਚੋਂ ਕੰਮ ਫ੍ਰੀ ਹੋ ਗਏ ਸੰਦ ਫ੍ਰੀ ਹੋ ਗਏ ਉਹ ਆਪਣੇ ਗੁਆਂਢੀ ਕਿਸਾਨ ਨੂੰ ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਕਿਸੇ ਨੂੰ ਛੋਟੇ ਨੂੰ ਉਹ ਦੇ ਦਿਓ ਤਾਂ ਕਿ ਉਹ ਆਪਦਾ ਵਿੱਚ ਡੀਜ਼ਲ ਪਵਾ ਕੇ ਅਤੇ ਇਸ ਕੰਮ ਨੂੰ ਕਰ ਸਕੇ ਸੋ ਉਹ ਵੀ ਲੋਕਾਂ ਦੇ ਵਿੱਚ ਮੈਂ ਦੇਖਿਆ ਕਿ ਰੁਝਾਨ ਵਧਿਆ ਹੈ ਚੰਗਾ ਲੋਕ ਗੱਲ ਸਮਝਦੇ ਨੇ ਸਾਡੀ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਕਿਹਾ ਕਿ ਇਸ ਵਾਰ ਅਸੀਂ ਅੱਗ ਨਹੀਂ ਲਾਵਾਂਗੇ ਅਸੀਂ ਵੀ ਨਵੇਂ ਪੰਚਾਇਤਾਂ ਜਿਹੜੀਆਂ ਬਣੀਆਂ ਨੇ ਸਰਪੰਚਾਂ ਨੂੰ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਵੀ ਮੋਟੀਵੇਟ ਕਰਦੇ ਹਾਂ ਕਿ ਤੁਸੀਂ ਇਸ ਵਾਰ ਪਹਿਲਾਂ ਕੰਮ ਕਰੋ ਕਿ ਤੁਹਾਡੀ ਪੰਚਾਇਤ ਜਿਹੜੀ ਇਸ ਪਿੰਡ ਨੂੰ ਪਰਾਲੀ ਦੀ ਅੱਗ ਤੋਂ ਮੁਕਤ ਪਿੰਡ ਬਣਾਓ ਆਪਣਾ ਸਾਡੇ ਕੋਲ ਤਕਰੀਬਨ ਇਸ ਵੇਲੇ ਤੱਕ 94 ਕੇਸਿਸ ਜਿਹੜੇ ਨੇ ਉਹ ਪਰਸੋਂ ਤੱਕ ਜਿਹੜੇ ਸ਼ਾਮ ਤੱਕ ਰਿਪੋਰਟ ਹੋਏ ਸੀ ਰਿਮੋਟ ਸੈਂਸਿੰਗ ਤੋਂ ਸਾਡੇ ਕੋਲ ਰਿਪੋਰਟ ਆਉਂਦੀ ਹੈ ਉਹਦੇ ਵਿੱਚੋਂ ਅਸੀਂ ਗਰਾਊਂਡ ਵੈਰੀਫਿਕੇਸ਼ਨ ਜਿਹੜੀ ਹੈ ਸਾਰੀ ਕਰਵਾਈ ਹੈ ਥਰੂ ਨੋਡਲ ਆਫਿਸਰਸ ਕਲਸਟਰ ਆਫਿਸਰਸ ਦੇ 10 ਕੇਸਿਸ ਜਿਹੜੇ ਨੇ ਉਹ ਠੀਕ ਪਾਏ ਗਏ ਨੇ ਬਾਕੀ ਫੇਕ ਫਾਇਰ ਇੰਸੀਡੈਂਟਸ ਵੀ ਨੇ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਮੈਂ ਦੇਖਿਆ ਕਿ ਕਈ ਥਾਵਾਂ 'ਤੇ ਇੱਕ ਥਾਂ 'ਤੇ ਲੰਗਰ ਦਾ ਹੀ ਚੁੱਲ੍ਹਾ ਬਣਿਆ ਅਸੀਂ ਉਹ ਚੁੱਲ੍ਹੇ ਨੂੰ ਹੀ ਸੈਟੇਲਾਈਟ ਨੇ ਕੈਪਚਰ ਕਰ ਲਿਆ ਸੋ ਇਹੋ ਜਿਹੇ ਇੰਸੀਡੈਂਟ ਵੀ ਹੁੰਦੇ ਆ ਕੋਈ ਛੋਟੀ ਮੋਟੀ ਬਿਲਕੁਲ ਖੜੀ ਫਸਲ ਹੈ ਉੱਥੇ ਵੀ ਇੰਸੀਡੈਂਟ ਦਿਖ ਰਿਹਾ ਲੇਕਿਨ ਉਹ ਕਿਸੇ ਨੇ ਮੰਨ ਲਓ ਕਿਸੇ ਨੇ ਚਾਹ ਹੀ ਬਣਾ ਲਈ ਕੁਛ ਬਣਾ ਲਿਆ ਉਹ ਵੀ ਇੰਸੀਡੈਂਟ ਆ ਜਾਂਦੇ ਨੇ ਉਹ ਅਸੀਂ ਪ੍ਰੋਪਰ ਡਾਕੂਮੈਂਟੇਸ਼ਨ ਕਰਕੇ ਰਿਮੋਟ ਸੈਂਸਿੰਗ ਨੂੰ ਦੁਬਾਰਾ ਭੇਜ ਰਹੇ ਕਿ ਤੁਹਾਡੇ ਕੋਲ ਜੇ ਹੋਰ ਰੈਜ਼ੋਲਿਊਸ਼ਨ ਵਾਲੀ ਇਮੇਜ ਹੈ ਸਾਨੂੰ ਸ਼ੇਅਰ ਕੀਤੀ ਜਾਵੇ ਤਾਂ ਕਿ ਅਸੀਂ ਇਹਨੂੰ ਵੀ ਬੁੱਕ ਕਰ ਸਕੀਏ 10 ਇੰਸੀਡੈਂਟ ਵੈਰੀਫਾਈ ਕੀਤੇ ਗਏ 10 ਦੇ ਕੇਸਾਂ ਦੇ ਵਿੱਚ FIR ਰੈੱਡ ਐਂਟਰੀ ਹੋ ਗਈ ਜਮ੍ਹਾਂਬੰਦੀ ਵਿੱਚ FIR ਹੋ ਗਈ ਹੈ ਔਰ ਅਸੀਂ ਉਹਦੇ ਵਿੱਚ ਇਨਵਾਇਰਮੈਂਟਲ ਕੰਪਨਸੇਸ਼ਨ ਜਿਹੜੀ ₹2500 ਦਾ ਫਾਈਨ ਉਹ ਵੀ ਇੰਪੋਜ਼ ਕਰਤਾ ਹੈ ਕੁਝ ਰਿਕਵਰ ਵੀ ਕਰ ਲਿਆ ਕੁਝ ਰਿਕਵਰ ਕਰਨ ਦੇ ਪ੍ਰੋਸੈਸ 'ਚ ਇਸ ਤੋਂ ਬਿਨਾਂ ਅੱਜ
जिहड़ी साडे लोकल संगरूर दी अदालतां ने क्रिमिनल कोर्ट्स ने उहनां दे विच असीं जिहड़े किसान जिन्हां ने इह अग लगाई है जिहड़े वायोलेशन कीती है रूल्स दी उहनां दे खिलाफ़ एनवायरमेंटल प्रोटेक्शन एक्ट और एयर पोल्यूशन कंट्रोल एक्ट दे केसिस भी दायर कीते ने। ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024, ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ, ਬਾਈਕਸ, ਕਿਡ ਜ਼ੋਨ, ਆਕਰਸ਼ਕ ਤੋਹਫੇ, ਫੂਡ ਕੋਰਟ, ਲਾਈਵ ਪਰਫਾਰਮੈਂਸਿਸ, फ्री मेहंदी ते नेल आर्ट हुई दोपहर 12 तो 8 बजे तक। स्पॉन्सर जरूर ऑटो एक्सपो 2024, एसोसिएट स्पॉन्सर अडानी गैस, एंटरटेनमेंट पार्टनर मिर्ची एंड गाना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।